ਡੀਸੀ ਨਾਈ ਵਿਦ ਪੌਲ ਬਾਰਡ ਦੇ ਸਾਰੇ ਵਿਊਜ਼ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦਾ ਨਮਸਕਾਰ ਔਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੁਆਇਨ ਕਰਨ ਦਾ ਨਵਾਂ ਪ੍ਰੋਗਰਾਮ ਨਵਾਂ ਟੌਪਿਕ ਨਵਾਂ ਏਜੰਡਾ ਨਵੀਆਂ ਉਮੀਦਾਂ ਮਾਈ ਟੀ ਵੀ ਵਾਸ਼ਿੰਗਟਨ ਡੀਸੀ ਦੇ ਸਟੂਡੀਓਜ਼ ਤੋਂ ਤੁਹਾਡੇ ਦਰ ਹਾਜ਼ਰ ਹਾਂ ਜੀ ਔਰ ਅੱਜ ਮੈਨੂੰ ਬੜੀ ਖੁਸ਼ੀ ਹੈ ਕਿ ਮਾਈ ਟੀ ਵੀ ਦੀ ਟੀਮ ਇੱਕ ਬ੍ਰੇਕਿੰਗ ਨਿਊਜ਼ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਈ ਹੈ ਇਸ ਪ੍ਰੋਗਰਾਮ ਦੇ ਜ਼ਰੀਆ ਉਹ ਬ੍ਰੇਕਿੰਗ ਨਿਊਜ਼ ਕੀ ਹੈ ਉਹ ਮੈਂ ਤੁਹਾਨੂੰ ਆਪਣੇ ਇਸ ਗੈਸਟ ਨੂੰ ਜੀ ਆਇਆਂ ਕਹਿਣ ਤੋਂ ਬਾਅਦ ਕਹਿਣਾ ਅਤਿੰਦਰ ਖੈਰ ਜੀ ਤੁਹਾਡਾ ਸਵਾਗਤ ਹੈ ਮਾਈ ਟੀ ਵੀ ਦੇ ਪ੍ਰੋਗਰਾਮ ਬਹੁਤ ਬਹੁਤ ਧੰਨਵਾਦ ਜੀ ਸਾਡਾ ਬੱਚਾ ਜੀ ਸਤਿ ਸ਼੍ਰੀ ਅਕਾਲ ਜੀ ਮਾਂ ਬੋਲੀ ਪੰਜਾਬੀ ਅਤੇ ਪੰਜਾਬੀਅਤ ਦੇ ਵਿੱਚ ਆਪਣਾ ਸ਼ੌਕ ਰੱਖਦਾ ਇੰਨੀ ਸ਼ੌਕ ਹੈ ਲਿਖਣ ਦਾ ਸ਼ੌਕ ਹੈ ਗਾਉਣ ਦਾ ਕੁਛ ਐਸਾ ਸਵਾਬ ਬਣਿਆ ਪਿਛਲੇ ਕੁਛ ਦਿਨਾਂ ਦੇ ਵਿੱਚ ਵੀ ਕੇਮ ਇਨ ਟੱਚ ਵਿਦ ਈਚ ਅਦਰ ਇਹਨੇ ਮੈਨੂੰ ਆਪਣੇ ਇਸ ਪੈਸ਼ਨ ਬਾਰੇ ਵਰਣਨ ਕੀਤਾ ਔਰ ਵੱਡੇ ਹੋਣ ਦੇ ਨਾਤੇ ਉਸ ਪੁਜੀਸ਼ਨ ਦੇ ਹੋਣ ਦੇ ਨਾਤੇ ਕਿ ਜਿੱਥੇ ਮੈਂ ਇਸ ਬੱਚੇ ਪ੍ਰਤੀ ਆਪਣਾ ਕੋਈ ਫਰਜ਼ ਅਦਾ ਕਰ ਸਕਦਾ ਸੋ ਦ ਟੀਮ ਡਿਸਾਈਡਿਡ ਕਿ ਵੀ ਗੋਇੰਗ ਲਾਂਚ ਹਿਮ ਐਂਡ ਹੀ ਇਜ਼ ਗੋਇੰਗ ਟੂ ਬੀ ਮਾਈ ਟੀ ਵੀਜ਼ ਫਸਟ ਸਿੰਗਰ ਸੋ ਮਾਈ ਟੀ ਵੀ ਜਿੱਥੇ ਇਸ ਬੱਚੇ ਨੂੰ ਇਸ ਆਉਣ ਵਾਲੇ ਗਾਇਕ ਨੂੰ ਮੌਕਾ ਦੇ ਰਿਹਾ ਇਹਦੇ ਨਾਲ ਨਾਲ ਅਪੀਲ ਕਰ ਰਿਹਾ ਹਰ ਇੱਕ ਉਸ ਸਾਡੇ ਸਰੋਤੇ ਨੂੰ ਕਿ ਇਫ ਯੂ ਆਰ ਇੰਟਰਸਟਡ ਯੂ ਹੈਵ ਦ ਪਲੈਟਫਾਰਮ ਹੇਅਰ ਫਰੋਮ ਮਾਈ ਟੀ ਵੀ ਵਿੱਚ ਚੁੱਕੋ ਕਿ ਤੁਸੀਂ ਸਾਨੂੰ ਜੁਆਇਨ ਕਰ ਸਕਦੇ ਹੋ ਅਤਿੰਦਰ ਖੈੜ ਬਿਲੋਂਗਸ ਟੂ ਖਰੜ ਖਰੜ ਜੋ ਮੋਹਾਲੀ ਦੇ ਨਾਲ ਹੈ ਆਓ ਇੱਕ ਝਾਤ ਮਾਰ ਦੇਣ ਦੀ ਜ਼ਿੰਦਗੀ ਦੇ ਸਫ਼ਰ 'ਤੇ ਅਤਿੰਦਰ ਜੀ ਇੱਕ ਵਾਰ ਫਿਰ ਤੁਹਾਡਾ ਸਵਾਗਤ ਅਤੇ ਥੋੜ੍ਹਾ ਜਿਹਾ ਵਿਊਜ਼ ਦੇ ਨਾਲ ਸਾਂਝ ਪਾ ਲਓ ਕਿ ਜ਼ਿੰਦਗੀ ਕਿੱਥੋਂ ਸ਼ੁਰੂ ਹੋਈ ਹੈ ਸਤਿ ਸ਼੍ਰੀ ਅਕਾਲ ਜੀ ਸਾਰੇ ਦਰਸ਼ਕਾਂ ਨੂੰ ਮਾਈ ਟੀ ਵੀ ਦੇਖ ਰਹੇ ਸਾਰੇ ਵਿਊਅਰਸ ਨੂੰ ਮੈਂ ਆਪਣੇ ਬਾਰੇ ਦੱਸਦਾ ਮੈਂ ਬੇਸਿਕਲੀ ਖਰੜ ਸ਼ਹਿਰ ਤੋਂ ਬਿਲੋਂਗ ਕਰਦਾ ਇਹ ਮੋਹਾਲੀ ਦੇ ਲਾਗੇ ਮੋਹਾਲੀ ਚੰਡੀਗੜ੍ਹ ਦੇ ਲਾਗੇ ਅਤੇ ਮੇਰੀ ਸਕੂਲਿੰਗ ਜਿਹੜੀ ਪ੍ਰਾਇਮਰੀ ਸਕੂਲਿੰਗ ਹੈ ਉਹ ਖਰੜ ਦੇ ਹੀ ਸਕੂਲ 'ਚ ਹੋਈ ਅਤੇ ਉਸ ਤੋਂ ਬਾਅਦ ਮੈਂ ਨੋਨ ਮੈਡੀਕਲ ਕੀਤੀ ਚੰਡੀਗੜ੍ਹ ਅਤੇ ਉਸ ਤੋਂ ਬਾਅਦ ਮੈਂ ਫਤਿਹਗੜ੍ਹ ਸਾਹਿਬ ਪੜ੍ਹਿਆ ਕੋਂਟੀਨੈਂਟਲ ਕਾਲਜ ਦੇ ਵਿੱਚ ਇੱਦਾਂ ਮੇਰੀ ਪੜ੍ਹਾਈ ਦਾ ਜਿਹੜਾ ਸਫ਼ਰ ਹੋਇਆ ਹਾਂਜੀ ਹੁਣ ਤੁਸੀਂ ਅਮਰੀਕਾ ਪਹੁੰਚੇ ਹੋ ਹਾਂਜੀ ਤੁਹਾਡਾ ਸਵਾਗਤ ਹੈ ਇਹਦੇ ਬਾਰੇ ਬਾਅਦ 'ਚ ਗੱਲ ਕਰਦੇ ਹਾਂ ਜ਼ਿੰਦਗੀ 'ਚ ਉਹ ਕਿਹੜਾ ਹੈ ਵਕਤ ਜਾਂ ਪਲ ਜਾਂ ਵਾਕਿਆ ਜਿੱਥੋਂ ਤੁਹਾਨੂੰ ਮਹਿਸੂਸ ਹੋਇਆ ਕਿ ਲਿਖਣਾ ਔਰ ਗਾਉਣਾ ਤੁਹਾਡੀ ਇੱਕ ਜ਼ਿੰਦਗੀ ਦਾ ਹਿੱਸਾ ਬਣ ਸਕਦਾ ਹੈ ਲਿਖਣਾ ਪਹਿਲਾਂ ਸ਼ੁਰੂ ਹੋਇਆ ਓਕੇ ਉਦੋਂ ਮੈਂ 11-12 ਸਾਲ ਦਾ ਸੀ ਮੈਨੂੰ ਐਗਜੈਕਟ ਨਹੀਂ ਯਾਦ ਕਿ ਮੈਂ ਕਦੋਂ ਸ਼ੁਰੂ ਕੀਤਾ ਪਰ ਇਸ ਉਮਰ 'ਚ ਕੀਤਾ 11-12 ਸਾਲ 'ਚ ਅਤੇ ਮੈਂ ਕੁਛ ਨਾ ਕੁਛ ਲਾਈਨਾਂ ਬਣਾਉਂਦਾ ਹੁੰਦਾ ਸੀ ਉਦੋਂ ਕਿਹੜੇ ਪਤਾ ਸੀ ਕਿ ਵੀ ਕੀ ਹੈ ਲਿਖਣਾ ਕੀ ਹੈ ਬਸ ਜੋ ਮਨ 'ਚ ਆਉਂਦਾ ਸੀ ਲਿਖਦੇ ਰਹੇ ਅਤੇ ਮੈਨੂੰ ਯਾਦ ਹੈ ਮੈਂ ਇੱਕ ਵਾਰ ਗੀਤ ਲਿਖਿਆ ਸੀ ਉਦੋਂ ਕਿਤੇ ਸੁਣਿਆ ਸੀ ਪਹਿਲਾਂ ਗੀਤ ਪ੍ਰੀਤ ਹਰਪਾਲ ਜੀ ਦਾ ਦਿਲਾ ਛੱਡ ਦੇ ਬੇਗਾਨਿਆਂ ਨੂੰ ਰੋਣਾ ਬੇਗਾਨੇ ਤਾਂ ਬੇਗਾਨੇ ਹੁੰਦੇ ਨੇ ਤਾਂ ਮੈਂ ਇਹੀ ਕਈ ਲਾਈਨ ਗਾਈ ਜਾਣੀ ਇਹ ਕਿਹਨੇ ਲਿਖਿਆ ਸੀ ਇਹ ਪ੍ਰੀਤ ਹਰਪਾਲ ਜੀ ਨੇ ਗਾਇਆ ਸੀ ਲਿਖਿਆ ਪਤਾ ਨਹੀਂ ਕਿਹਨੇ ਅਤੇ ਲਿਖਿਆ ਮੈਨੂੰ ਯਾਦ ਨਹੀਂ ਅਤੇ ਗਾਇਆ ਉਹਨਾਂ ਨੇ ਹਾਂਜੀ ਮੈਂ ਸੁਣਿਆ ਕਿਤੇ ਠੀਕ ਹੈ ਅਤੇ ਫਿਰ ਮੈਂ ਇਹ ਗੀਤ ਨਾ ਘਰ ਜਾ ਕੇ ਪੂਰਾ ਕੀਤਾ ਆਪਣੇ ਉਹਦੇ 'ਚ ਟੁੱਟੀਆਂ ਭੱਜੀਆਂ ਲਾਈਨਾਂ ਜੋੜਤੀਆਂ ਠੀਕ ਹੈ ਅਤੇ ਤਾਂ ਉਹ ਲਿਖ ਕੇ ਮੈਂ ਆਪਣੀ ਮੰਮੀ ਨੂੰ ਸੁਣਾਇਆ ਸੀ ਉਹਨਾਂ ਨੇ ਬਹੁਤ ਮੇਰਾ ਐਪਰੀਸ਼ੀਏਸ਼ਨ ਕੀਤੀ ਹਾਂ ਅਤੇ ਬਸ ਇੱਦਾਂ ਲਿਖਦਾ 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 ਲਿਖਾਰੀ ਉੱਥੇ ਸ਼ੁਰੂ ਹਾਂਜੀ ਅਤੇ ਹੁਣ ਆ ਜਾਓ ਗਾਉਣ 'ਤੇ ਹਾਂਜੀ ਗਾਉਣ ਦਾ ਸਫ਼ਰ ਵੈਸੇ ਮੈਨੂੰ ਸ਼ੌਂਕ ਪਿਆ ਕਾਲਜ 'ਚ ਮੈਂ ਕਾਲਜ 'ਚ ਜਿਵੇਂ ਲੋਕ ਗਾਉਂਦੇ ਹੁੰਦੇ ਸੀ ਨਾ ਸਟੂਡੈਂਟਸ ਕਾਲਜ ਦੇ ਜਿਹੜੇ ਈਵੈਂਟਸ ਹੁੰਦੇ ਨੇ ਐਨੂਅਲ ਡੇ ਤਾਂ ਮੈਂ ਉੱਥੇ ਇੱਕ ਦੋ ਜਣਿਆਂ ਨੂੰ ਕਿਹਾ ਸੀ ਕਿ ਯਾਰ ਮੈਂ ਗਾਣੇ ਗੁਣੇ ਲਿਖਦਾ ਤਾਂ ਜੇ ਤੁਸੀਂ ਗਾ ਦਿਉ ਮੇਰਾ ਗਾਣਾ ਹੈ ਨਾ ਤਾਂ ਕਿਸੇ ਨੇ ਬਾਹਰ ਨਹੀਂ ਫੜਾਈ ਅਤੇ ਐਵੇਂ ਮੈਂ ਕਿਹਾ ਚਲੋ ਕੋਈ ਨਾ ਫਿਰ ਇੱਕ ਦਿਨ ਮੈਂ ਐਵੇਂ ਬੈਠੇ ਬੈਠੇ ਨੇ ਯੂਟਿਊਬ 'ਤੇ ਵੀਡੀਓ ਪਾ ਤੀ ਉਹ ਦੇਖੀ ਤਾਂ ਨਹੀਂ ਬਹੁਤੇ ਜਣਿਆਂ ਨੇ ਪਰ ਮੇਰੇ ਜਿਹੜੇ ਨੋਨ ਸੀ ਮੇਰੇ ਪੁਰਾਣੇ ਮਿੱਤਰ ਸੀ ਉਹਨਾਂ ਨੂੰ ਪਤਾ ਲੱਗ ਗਿਆ ਕਿ ਇਹ ਗਾਉਂਦਾ ਵੀ ਹੈ ਅਤੇ ਇੱਦਾਂ ਹੀ ਉੱਥੇ ਇੱਕ ਟੂਰਨਾਮੈਂਟ ਸੀ ਕਬੱਡੀ ਦਾ ਸਾਡੇ ਸ਼ਹਿਰ ਅਤੇ ਉਹਨਾਂ ਨੇ ਮੈਨੂੰ ਧੱਕੇ ਸਿਰ ਕਹਿੰਦੇ ਤਾਂ ਗਾਣਾ ਅੱਜ ਕਹਿੰਦੇ ਜੇ ਨਾ ਗਾਇਆ ਦੇਖ ਲਈ ਫਿਰ ਉਹਨਾਂ ਨੇ ਮੈਨੂੰ ਧੱਕੇ ਸਿਰ ਚੜਾਇਆ ਉੱਥੇ ਅਤੇ ਫਿਰ ਮੈਂ ਉਦੋਂ ਗਾਇਆ ਮੇਰਾ ਝਾਕਾ ਖੁੱਲ੍ਹ ਗਿਆ ਉਦੋਂ ਅਤੇ ਉਦੋਂ ਜਿਹੜੇ ਸਟੇਜ 'ਤੇ ਇੱਕ ਸਿੰਗਰ ਗਾ ਰਹੇ ਸੀ ਅਤੇ ਪਿੱਛੇ ਇੱਕ ਦੁਗਾਣਾ ਜੋੜੀ ਬੈਠੀ ਸੀ ਉਹਨਾਂ ਨੇ ਬਾਅਦ 'ਚ ਗਾਉਣਾ ਸੀ ਤਾਂ ਉਹਨਾਂ ਨੇ ਬਹੁਤ ਬਲੈਸਿੰਗਸ ਦਿੱਤੀਆਂ ਉਹਨਾਂ ਨੂੰ ਤਾਂ ਉਦੋਂ ਮੇਰਾ ਝਾਕਾ ਖੁੱਲ੍ਹ ਗਿਆ ਫਿਰ ਮੈਂ ਇਸ ਰਾਹ 'ਤੇ ਤੁਰ ਪਿਆ ਸੋ ਆਪਾਂ ਕਹਿ ਸਕਦੇ ਹਾਂ ਕਿ ਜਿਹੜੇ ਬਚਪਨ ਦੇ ਸਾਥੀ ਬੇਲੀ ਨੇ ਵਾਕਈ ਸੱਚੇ ਸਾਥੀ ਬੇਲੀ ਹੁੰਦੇ ਨੇ ਜਿਨ੍ਹਾਂ ਨੇ ਤੁਹਾਨੂੰ ਇਸ ਰਸਤੇ ਤੋਰਿਆ ਹਾਂਜੀ ਅਤੇ ਫਿਰ ਉਹ ਤੋਂ ਬਾਅਦ ਕੋਈ ਕੰਪੀਟੀਸ਼ਨ ਹਾਂਜੀ ਉਸ ਤੋਂ ਬਾਅਦ ਮੈਂ ਕਾਲਜ 'ਚ ਗਾਇਆ ਅੱਛਾ ਹਾਂਜੀ ਅਤੇ ਕਾਲਜ 'ਚ ਮੈਨੂੰ ਫਸਟ ਪ੍ਰਾਈਜ਼ ਮਿਲ ਗਿਆ ਸੀ ਮਾਰਚ 'ਚ ਹੋਇਆ ਸੀ ਮੇਰੇ ਖਿਆਲ 2011 'ਚ ਪਤਾ ਨਹੀਂ 12 'ਚ ਸੀ
ਤਾਂ ਉਦੋਂ ਮੈਂ ਗਿਆ ਸੀ, ਮੈਨੂੰ ਫਸਟ ਪ੍ਰਾਈਜ਼ ਮਿਲਿਆ, ਤਾਂ ਮੇਰਾ ਹੌਸਲਾ ਵੱਧ ਗਿਆ ਹੋਰ, ਅਤੇ ਉਦੋਂ ਇਮੀਡੀਏਟ ਬਾਅਦ 'ਚ ਮੈਂ ਸਿੱਖਣਾ ਸ਼ੁਰੂ ਕਰਤਾ। ਮੈਨੂੰ ਕਿਸੇ ਇੱਕ ਬੰਦੇ ਨੇ ਉੱਥੇ ਸਲਾਹ ਦਿੱਤੀ ਸੀ, ਉਹ ਕਿਸੇ ਦੂਜੇ ਕਾਲਜ ਤੋਂ ਆਇਆ ਹੋਇਆ ਸੀ, ਕਹਿੰਦੇ ਕਿ ਤੂੰ ਠੀਕ ਗਾਉਣਾ, ਤੂੰ ਸਿੱਖਣਾ ਸ਼ੁਰੂ ਕਰ। ਮਤਲਬ ਆਵਾਜ਼ ਸੋਹਣੀ ਹੈ, ਹਾਂਜੀ, ਸੁਰ ਤੇ ਤਾਲ ਤੇ ਰਿਆਜ਼ ਦੀ ਲੋੜ ਹੈ। ਹਾਂਜੀ, ਫਿਰ ਉੱਥੇ ਮੈਂ, ਉਸ ਤੋਂ ਬਾਅਦ ਮੈਂ ਕੁਝ ਕੁ ਦਿਨਾਂ ਬਾਅਦ ਹੀ ਲੱਗਦਾ ਮੈਂ ਸਿੱਖਣਾ ਸ਼ੁਰੂ ਕੀਤਾ ਸੀ। ਵੈਰੀ ਨਾਈਸ, ਵੈਰੀ ਨਾਈਸ। ਸੋ ਤੁਹਾਡੀ ਆਵਾਜ਼ ਤੇ ਤੁਹਾਡੀ ਜਿਹੜੀ ਰਾਈਟਿੰਗਸ ਹੈ, ਹਾਂਜੀ, ਉਹਦੀ ਆਪਾਂ ਗੱਲ ਕਰਦੇ ਹਾਂ, ਉਹਦੇ ਬਾਰੇ ਜਿਹੜੀ ਇੱਕ ਪਰਖ ਦੀ ਘੜੀ ਲਿਆਉਂਦੇ ਹਾਂ, ਪਰ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਪਹਿਲਾਂ ਆਪਾਂ ਬ੍ਰੇਕ ਲੈਂਦੇ ਹਾਂ ਜੀ। ਫਿਰ ਇਸ ਆਪਣੇ ਪੈਸ਼ਨ ਨੂੰ ਪਰਸੂ ਕਰ ਰਿਹਾ ਸਾਡਾ ਛੋਟਾ ਵੀਰ ਅਤਿੰਦਰ ਖੈੜ, ਇਹਦੇ ਨਾਲ ਇਹਨਾਂ ਦੀ ਆਵਾਜ਼ ਅਤੇ ਇਹਨਾਂ ਦੀ ਲਿਖਾਰੀ ਦੋਨਾਂ ਦੀ ਗੱਲ ਕਰਦੇ ਹਾਂ ਜੀ। ਸੋ ਪਲੀਜ਼ ਕੀ ਸਟੇ ਵਿਦ ਅਸ, ਵੀ ਵਿਲ ਬੀ ਰਾਈਟ ਬੈਕ। Hi, my name is Kuldeep Gill. I'm broker of Sky Realty. The reason we are so successful, because client trust us. I've been doing this my whole life. My team is my wife, my office manager, and my agents. We look forward to earn your business, and we do speak your language. Thank you. Hi, my name is Kuldeep Gill. I'm broker of Sky Realty. The reason we are so successful, because client trust us. I've been doing this my whole life. My team is my wife, my office manager, and my agents. We look forward to earn your business, and we do speak your language. Thank you. ਸਮ ਜਾਏਗੀ ਦਿਲ ਕੀ ਧੜਕਨ, ਇਸ ਬਾਰ ਜਬ ਹਮ ਹੋਗੇ ਯੂਐਸ ਐਂਡ ਕੈਨੇਡਾ ਮੈਂ, ਇਸਕਾ ਮਤਲਬ ਇਹ ਹੁਆ ਕਿ ਸਵੈਗ ਸੇ ਸਵਾਗਤ ਕਰਨਾ ਪੜੇਗਾ ਹੀ ਆਪਕੋ ਹਮਾਰਾ। ਸਵਾਗਤ ਸਵੈਗ ਸੇ ਕਰੇਂਗੇ ਸਬਕਾ ਸਵਾਗਤ। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਅੱਜ ਦਾ ਇਹ ਸੈਗਮੈਂਟ ਐਜ਼ ਆਲਵੇਜ਼ ਇਜ਼ ਸਪੌਂਸਰਡ ਬਾਈ ਪੰਜ ਤਾਰਾ ਰੈਸਟੋਰੈਂਟ ਲੀਜ਼ਬਰਗ ਵਰਜੀਨੀਆ, ਐਂਡ ਆਈ ਆਲਵੇਜ਼ ਟੇਕ ਦ ਪਲੇਜ਼ਰ ਇਨ ਸੇਇੰਗ ਦੈਟ ਫੂਡ ਵੀ ਬੜਾ ਸਵਾਦ ਹੈ ਅਤੇ ਸਰਵਿਸ ਵੀ ਬਹੁਤ ਸੋਹਣੀ ਹੈ। ਸੋ ਪਲੀਜ਼ ਡੂ ਪੇ ਦੈਮ ਅ ਵਿਜ਼ਿਟ, ਪੰਜ ਤਾਰਾ ਲੀਜ਼ਬਰਗ ਵਰਜੀਨੀਆ ਦੇ ਵਿੱਚ। ਗੱਲ ਚੱਲ ਰਹੀ ਹੈ ਤਿੰਦਰ ਖੈੜ ਉਹਨਾਂ ਦੇ ਨਾਲ ਜੋ ਆਪਣੇ ਪੈਸ਼ਨ ਨੂੰ ਪਰਸੂ ਕਰ ਰਹੇ ਨੇ, ਹੀ ਵਾਂਟਸ ਟੂ ਬੀ ਏ ਸਿੰਗਰ। ਔਰ ਕਿਉਂ ਨਾ ਹੁਣ ਫਿਰ ਕਹਿੰਦੇ ਹੁੰਦੇ ਨੇ ਕਿ ਵਕਤ ਦੀ ਘੜੀ ਅੱਗੇ ਇਹਨਾਂ ਦੇ ਸਿੱਟੀ ਹੈ ਕਿ ਆ ਜਾਓ, ਲੱਗਦਾ ਪਤਾ ਕਿੰਨੇ ਪਾਣੀਆਂ 'ਚ ਨੇ। ਸੋ ਖੜ ਸਾਹਿਬ, ਹਾਂਜੀ, ਦੋ ਲਾਈਨਾਂ ਨਾਲੇ ਤਾਂ ਗਾਇਕੀ ਦੀਆਂ ਕਰ ਲਓ, ਕੋਈ ਐਸੀਆਂ ਜਿਹੜੀਆਂ ਕਿਸੇ ਨੇ ਗਾਈਆਂ ਹੋਣ ਜਿਹੜਾ ਤੁਹਾਨੂੰ ਲੱਗੇ ਤੁਸੀਂ ਸ਼ੇਅਰ ਕਰ ਸਕਦੇ ਹੋ। ਸੁਣਾਉਂਦਾ ਹੀ, ਉਮੀਦ ਕਰਦਾ ਤੁਸੀਂ ਪਸੰਦ ਕਰੋਗੇ। ਹੋ ਮਾਮਰੇ ਤਾਂ ਪੇਕੇ ਹੀ ਮੁੱਕਦੇ, ਪਿਓ ਮਰੇ ਕਰ ਉਬੇਲਾ ਹੋ ਸ਼ਾਲਾ ਮਰਨ ਨਾ ਵੀਰ ਕਿਸੇ ਦੇ, ਮੁੱਕ ਜਾਂਦਾ ਮੇਲਾ ਹੋ ਪੁੱਤਰ ਜਿਨਾ ਦੇ ਤੁਰ ਜਾਂਦੇ ਨੇ, ਹੋ ਕਦ ਰੋਂਦੇ ਨੇ ਉਹ ਥੋੜਾ, ਸਭ ਰੋਗਾਂ ਤੋਂ ਰੋਗ ਅਡਾਡਾ ਜਿਸ ਦਾ ਨਾਮ ਵਿਛੋੜਾ, ਹੋ ਬਾਵਾ ਮਿੱਟੀ ਦਾ ਬਣਾਉਣੀਆ ਬੇ ਉਹਨੂੰ ਤੇਰੀ ਪੱਗ ਬੰਨ ਕੇ ਦੁੱਖ ਦਿਲ ਦਾ ਸੁਣਾਉਣੀਆ ਹੋ। ਕਿਆ ਸੀ ਗੱਲ ਹੈ, ਕਿਆ ਲਾਈਨਾਂ ਨੇ ਔਰ ਸਿੱਧੀਆਂ ਇੱਥੇ ਘਰ ਕਰਦੀਆਂ ਨੇ ਆਪਣੇ ਆ ਕੇ, ਵੈਰੀ ਨਾਈਸ। ਇੱਥੋਂ ਹੀ ਮੈਂ ਗੱਲ ਕਰਨੀ ਚਾਹੁੰਦਾ ਤੁਹਾਡੇ ਪਰਿਵਾਰ ਦੀ,
ਫਿਰ ਆ ਕੇ ਤੁਹਾਡੇ ਆਪਣੇ ਲਿਖੇ ਗੀਤ ਦੀ ਦੁਬਾਰਾ ਸੁਣਦੇ ਹਾਂ। ਹਾਂਜੀ, ਪਰਿਵਾਰ 'ਚ ਕੌਣ ਕੌਣ? ਪਰਿਵਾਰ 'ਚ ਮੇਰੀ ਮਾਤਾ ਜੀ ਅਤੇ ਮੇਰਾ ਇੱਕ ਛੋਟਾ ਬ੍ਰਦਰ, ਅਸੀਂ ਤਿੰਨ ਜਾਣੇ ਹਾਂ ਜੀ। ਪਿਤਾ ਜੀ? ਪਿਤਾ ਦਾ ਸਾਥ ਛੁੱਟ ਗਿਆ ਸੀ ਜਦੋਂ ਮੈਂ 10 ਸਾਲ ਦਾ ਸੀ ਜੀ। ਹਾਂਜੀ, ਅਤੇ ਸਾਰਾ ਫਿਰ ਇਹ ਜਿਹੜੀ ਜ਼ਿੰਮੇਵਾਰੀ ਮਾਤਾ ਜੀ ਨਿਭਾ ਰਹੇ ਨੇ? ਹਾਂਜੀ, ਛੋਟੇ ਹੁੰਦੇ ਤੋਂ ਮੇਰੀ ਬੇਬੇ ਨੇ ਕੀਤਾ, ਸਾਰਾ ਕੁਛ ਪਾਲਿਆ, ਇੱਥੇ ਤੱਕ ਪਹੁੰਚਾਇਆ। ਆਈ ਲਾਈਕ ਦ ਵਰਡ ਬੇਬੇ। ਹਾਂਜੀ, ਬੇਬੇ ਵਾਕਈ ਪਿਆਰ ਨਾਲ ਕਹਿੰਦੇ ਆਪਾਂ। ਫੋਨ 'ਚ ਵੀ ਨਾਮ ਬੇਬੇ ਤੋਂ ਹੀ ਸੀ। ਕੈਸੀ ਗੱਲ ਹੈ, ਕੈਸੀ ਗੱਲ ਹੈ। ਹੁਣ ਹੋ ਜਾਣ ਤੁਹਾਡੀਆਂ ਆਪਣੀਆਂ ਲਿਖੀਆਂ ਕੋਈ ਲਾਈਨਾਂ। ਮੈਂ ਲਿਖਿਆ ਲੈਂਦਾ ਆਪਣੀ ਮਾਂ 'ਤੇ ਹੀ ਸੁਣਾਉਣਾ, ਜੇ ਮੈਂ ਸਟੇਜ 'ਤੇ ਲਿਖਿਆ ਸੀ ਉਦੋਂ, ਅਤੇ ਉਹ ਸੁਣਾਉਣਾ ਤੁਹਾਨੂੰ। ਹੋ ਜਿਹਦਾ ਘਰ ਜਾਈ ਮੇਰਾ ਇੱਕ ਇੱਕ ਸਾਂ, ਰੱਬ ਤੋਂ ਵੀ ਪਹਿਲਾਂ ਮੈਂ ਲਵਾਂ ਉਹਦਾ ਨਾਂ। ਹੋ ਜਿੰਦ ਸਾਰੀ ਬੱਚਿਆਂ ਦੇ ਲੇਖੇ ਲਾਉਣ ਵਾਲੀ, ਹੈ ਰੱਬ ਤੋਂ ਵੀ ਉੱਤੇ ਲੋਕੀ ਕਹਿੰਦੇ ਉਹਨੂੰ ਮਾਂ। ਹੋ ਵੈਰੀ ਨਾਈਸ। ਸਾਰੇ ਮਾਮਾ ਨੂੰ ਮੇਰੇ ਵੱਲੋਂ ਸਲਾਮ ਹੈ ਜੀ, ਸਜਦਾ ਪ੍ਰੀ, ਸਤਿ ਸ਼੍ਰੀ ਅਕਾਲ ਹੈ। ਤੁਹਾਡੀ ਮਿਹਨਤ, ਮੁਸ਼ੱਕਤ, ਲਗਨ, ਪਿਆਰ ਔਰ ਜੋ ਇੱਕ ਰਿਸ਼ਤਾ ਅੱਗੇ ਪੀੜ੍ਹੀ ਜੋੜਨ ਦਾ, ਪੀੜ੍ਹੀਆਂ ਦੇ ਨਾਲ, ਮੈਂ ਉਹਦੀ ਕਦਰ ਕਰਦਾ। ਮਾਂ ਨੇ ਆਪਣਾ ਫਰਜ਼ ਕਰਤਾ, ਅਮੈਰੀਕਾ ਪਹੁੰਚ ਗਏ ਹੋ, ਸਫ਼ਰ ਇੱਥੇ ਸ਼ੁਰੂ ਹੋਣ ਲੱਗਾ। ਸਾਨੂੰ ਪਤਾ ਕਿ ਸਫ਼ਰ ਬੜਾ ਔਖਾ, ਖਾਸ ਕਰਕੇ ਸਾਡੇ ਲਈ ਬੜਾ ਔਖਾ ਸੀ। ਜਿੱਥੋਂ ਅਸੀਂ ਸ਼ੁਰੂ ਕੀਤਾ, ਕੁਛ ਸਕੂਨ ਹੈ ਕਿ ਤੁਸੀਂ ਉਹ ਤੋਂ ਮਾੜੇ ਹਾਲਾਤਾਂ ਸ਼ੁਰੂ ਕਰ ਰਹੇ ਹੋ, ਕਿਉਂਕਿ ਜਿਹੜੇ ਤੁਹਾਤੋਂ ਪਹਿਲਾਂ ਸਾਡੇ ਵਰਗੇ ਜਾਂ ਹੋਰ ਭੈਣ ਭਰਾ ਇੱਥੇ ਵੱਸਦੇ ਨੇ, ਉਹਨਾਂ ਨੇ ਰਾਹ ਨੂੰ ਕੁਛ ਹੱਦ ਤੱਕ ਪੱਧਰਾ ਕੀਤਾ। ਹਾਂਜੀ, ਮੈਂਟਲੀ ਤੌਰ 'ਤੇ ਤਿਆਰ ਹੋ? ਹਾਂਜੀ ਬਿਲਕੁਲ। ਕਿਉਂ, ਵਾਈ ਅਮੈਰੀਕਾ? ਇਹ ਧਰਤੀ ਨੇ ਬਹੁਤ ਹਰ ਇੱਕ ਕੌਮ ਨੂੰ, ਹਰ ਇੱਕ ਦੇਸ਼ ਦੇ ਲੋਕਾਂ ਨੂੰ ਅਪਣਾਇਆ, ਇਸ ਕਰਕੇ। ਬਾਕੀ ਜਿੱਥੇ ਦਾ ਦਾਣਾ ਪਾਣੀ ਲਿਖਿਆ ਕਹਿ ਸਕਦਾ, ਦੋਨੋਂ ਹੀ ਗੱਲਾਂ ਸੱਚ ਨੇ। ਜਹਾਂ ਦਾਣੇ ਤਾਹਾਂ ਖਾੜੇ, ਨਾਨਕਾ ਸੱਚੇ ਬਾਬਾ ਨਾਨਕ ਕਹਿ ਗਏ ਨੇ। ਔਰ ਦੂਸਰੀ ਗੱਲ ਇਹ ਹੈ ਕਿ ਵਾਕਿਆ ਹੀ ਇਸ ਕੰਟਰੀ ਨੇ ਜਿਹੜਾ ਹਰ ਵਰਗ ਦਾ ਜਿਹੜਾ ਇਨਸਾਨ ਹੈ ਉਹਨੂੰ ਇੱਥੇ ਆਪਣੇ ਦੇਸ਼ ਦੇ ਵਿੱਚ ਵਸਾਇਆ ਹੋਇਆ, ਕੋਈ ਸ਼ੱਕ ਨਹੀਂ ਹੈ। ਸੋ ਆਈ ਵਿਸ਼ ਯੂ ਆਲ ਦਾ ਬੈਸਟ ਤੁਹਾਡੀ ਅਮੈਰੀਕਾ ਦੀ ਜਰਨੀ ਦੇ ਵਿੱਚ। ਮਾਈ ਟੀਵੀ ਦਾ ਉਪਰਾਲਾ ਤੁਹਾਨੂੰ ਲਾਂਚ ਕਰਨਾ, ਜਿਹਦਾ ਆਪਣਾ ਪਹਿਲਾ ਪੜਾਅ ਹੈ, ਔਰ ਕੋਈ ਸ਼ੱਕ ਨਹੀਂ ਕਿ ਆਉਣ ਵਾਲੇ ਮਹੀਨੇ ਦੋ ਮਹੀਨੇ ਦੇ ਵਿੱਚ ਆਪਾਂ ਆਪਣਾ ਪਹਿਲਾ ਸੌਂਗ ਜਿਹੜਾ ਉਹ ਰਿਲੀਜ਼ ਕਰਾਂਗੇ। ਆਈ ਬਿਲੀਵ ਇਟਸ ਅ ਬਿਟ, ਥੋੜ੍ਹਾ ਜਿਹਾ ਸੈਡ ਸੌਂਗ, ਥੋੜ੍ਹਾ ਜਿਹਾ ਸਲੋ ਸੌਂਗ ਹੈ। ਹਾਂਜੀ, ਰੋਮਾਂਟਿਕ ਗੀਤ, ਰੋਮਾਂਟਿਕ ਗੀਤ ਹੈ, ਅਤੇ ਉਹ ਵੀ ਆਰ ਫੋਲੋ ਇਟ ਬਾਏ, ਉਹ ਤੋਂ ਬਾਅਦ ਫੋਲੋ ਕਰਨਾ ਆਪਾਂ ਥੋੜ੍ਹਾ ਜਿਹਾ ਬੀਟ ਦੇ ਨਾਲ। ਸੋ ਦੋ ਗੀਤ ਅਸੀਂ ਲੈ ਕੇ ਆਵਾਂਗੇ ਜੀ, ਪਹਿਲਾ ਰੋਮਾਂਟਿਕ ਗੀਤ ਹੋਏਗਾ, ਉਹ ਤੋਂ ਬਾਅਦ ਜੋ ਅੱਜ ਕੱਲ੍ਹ ਪਾਰਟੀ ਦੇ ਵਿੱਚ ਵੱਜਦਾ ਕੁਛ ਐਸਾ ਗੀਤ ਅਸੀਂ ਲੈ ਕੇ ਆਵਾਂਗੇ। ਇਹਦੇ ਨਾਲ ਹੀ ਥੋੜ੍ਹਾ ਹੋਰ ਸੁਣਦੇ ਹਾਂ ਆਪਾਂ ਇਹਨਾਂ ਤੋਂ, ਇਹਨਾਂ ਦੀ ਆਵਾਜ਼ ਦੇ ਵਿੱਚ, ਇਹਨਾਂ ਦੇ ਲਿਖੇ ਕਰੋ ਸ਼ੇਅਰ ਜੀ। ਕੋਈ ਤੁਹਾਡਾ ਲਿਖਿਆ ਗੀਤ ਬਹੁਤ ਲਿਖੇ ਪਏ ਨੇ, ਪਰ ਮੈਂ ਉਹ ਸੁਣਾਉਣਾ ਜਿਹੜਾ ਮੈਂ ਅਕਸਰ ਗਾਉਂਦਾ ਹੁੰਦਾ ਜਦ ਵੀ ਕਿਤੇ ਗਾਉਣ ਦਾ ਮੌਕਾ ਮਿਲਦਾ। ਇਹ ਮੈਂ ਲਿਖਿਆ ਮੈਨੂੰ ਲੱਗਦਾ 7-8 ਸਾਲ ਪਹਿਲਾਂ ਲਿਖਿਆ ਸੀ ਗਾਣਾ। ਉਹ ਗੀਤ ਸੀ, ਹੋ ਜਿਤਨੀ ਦਿਮਾਗੀ ਉੱਤੇ ਲਾਈ ਦੀ, ਹਾਰ ਨੂੰ ਨੀ ਦਿਲ ਉੱਤੇ ਲਾਈ ਦਾ, ਚੰਗਾ ਮਾੜਾ ਟਾਈਮ ਆਉਂਦਾ ਰਹਿੰਦਾ ਏ, ਐਵੇਂ ਨਹੀਂ ਉਹ ਕਦੇ ਘਬਰਾਈ ਦਾ। ਹੋ 4 ਕੁ ਦਿਨਾਂ ਦੇ ਪਿਆਰ ਲਈ ਮਿੱਤਰੋ, ਮਾਪਿਆਂ ਨੂੰ ਨਹੀਂ ਉਹ ਛੱਡ ਜਾਈਦਾ। ਜਿਤਨੀ ਦਿਮਾਗੀ ਉੱਤੇ ਲਾਈ ਦੀ, ਹਾਰ ਨੂੰ ਨੀ ਦਿਲ ਉੱਤੇ ਲਾਈ ਦਾ। ਇੱਕ ਅੱਗੇ ਜੋ ਗੀਤ ਹੈ ਇਹ ਸੱਚਾਈ ਹੈ, ਜਿਹੜੇ ਅੱਜ ਕੱਲ੍ਹ ਹਾਲਾਤ ਬਣੇ ਹੋਏ ਨੇ, ਇਹ ਯੂਥ ਲਈ ਇੱਕ ਮੈਸੇਜ ਕਹਿੰਦਾ। ਹੋ ਚੱਲੀ ਨਸ਼ੇ ਦੀ ਏ ਨੇਰੀ, ਜੋ ਜਵਾਨੀ ਦੀ ਏ ਵੈਰੀ, ਜਿਹੜਾ ਪਾਉਂਦਾ ਸੀ ਕਬੱਡੀ ਉਹ ਹੋ ਗਿਆ ਏ ਢੇਰੀ। ਆਪਣੇ ਉਹ ਫਾਇਦੇ ਲਈ ਖੈੜ ਵਾਲਿਆ, ਪੁੱਤ ਕਿਸੇ ਦਾ ਨੀ ਨਸ਼ੇ ਉੱਤੇ ਲਾਈ ਦਾ। ਜਿਤਨੀ ਦਿਮਾਗੀ ਉੱਤੇ ਲਾਈ ਦੀ, ਹਾਰ ਨੂੰ ਨੀ ਦਿਲ ਉੱਤੇ ਲਾਈ ਦਾ। ਹੋ ਜੇ ਸੰਸਾਰ ਨੇ ਜਿੱਤ ਹਾਰ ਨੂੰ ਪਹਿਲਾਂ ਹੀ ਪਰਖਿਆ ਹੋਵੇ, ਉਹਦੇ ਨਾਲ ਜਿੱਤਣ ਦਾ, ਜਿੱਤਣ ਦੀ ਖੁਸ਼ੀ ਅਤੇ ਨਾ ਹਾਰਨ ਦਾ ਕੰਮ ਹੁੰਦਾ, ਕਿਉਂਕਿ ਤੁਸੀਂ ਸਫ਼ਰ ਇੱਕ ਐਸਾ ਲੈ ਕੇ ਜਾ ਰਹੇ ਹੋ ਜਿਹਦੇ ਜ਼ਰੀਆ ਤੁਸੀਂ ਲੋਕਾਂ ਨੂੰ ਦੁੱਖ ਵੀ ਸਾਂਝਾ ਕਰਨਾ ਉਹਨਾਂ ਦਾ, ਹਾਂਜੀ, ਉਹਦਾ ਵੀ ਵਰਣਨ ਅਤੇ ਖੁਸ਼ੀਆਂ ਦਾ ਵਰਣਨ ਵੀ ਕਰਨਾ, ਤੱਥ ਵੀ ਸੁਣਾਉਣੇ ਨੇ, ਉਪਦੇਸ਼ ਵੀ ਦੇਣਾ, ਸਾਰਾ ਕੁਛ ਦੇਣਾ। ਬੜਾ ਬੜਾ ਵਧੀਆ ਸਫ਼ਰ ਹੈ ਤੁਹਾਡਾ, ਔਰ ਮੈਂ ਦੁਆ ਕਰਦਾ ਕਿ ਤੁਸੀਂ ਇਸ ਸਫ਼ਰ 'ਤੇ ਕਾਮਯਾਬ ਹੋ, ਇਸੇ ਤਰ੍ਹਾਂ ਰਹੋ। ਯੂਥ ਨੂੰ ਵੀ ਤੁਸੀਂ ਮੈਸੇਜ ਦੇ ਤਾ ਨਸ਼ਿਆਂ ਦੇ ਖਿਲਾਫ਼। ਮਾਈ ਟੀਵੀ ਫਿਰ ਇੱਕ ਵਾਰੀ, ਉਹ ਜਿਹੜੇ ਵਿਊਜ ਸੁਣ ਰਹੇ ਨੇ, ਆਪਣੇ ਪੈਸ਼ਨ ਨੂੰ ਐਨ ਸਿਰੇ ਦੀ ਟੋਚ, ਠੀਕ ਹੈ ਨਾ, ਟੀਚੇ 'ਤੇ ਟੋਪ 'ਤੇ ਪਹੁੰਚਾਉਣਾ ਚਾਹੁੰਦੇ ਨੇ, ਲਫ਼ਜ਼ ਥੋੜ੍ਹੇ ਮੂੰਹ 'ਤੇ ਜਾ ਰਹੇ ਨੇ ਅੱਜ, ਟੀ ਸੀ 'ਤੇ ਪਹੁੰਚਾਉਣਾ ਚਾਹੁੰਦੇ ਨੇ, ਉਹਨਾਂ ਨੂੰ ਮੇਰੀ ਇੱਕੋ ਰਾਏ ਹੈ
कि हैजिटेशन छोड़ो, संगना छोड़ो, सीधा साढ़े ना उपराला करो. वी हैव क्रिएटेड दिस प्लेटफॉर्म फॉर अ पंजाबी कम्युनिटी. इट्स कॉल्ड माई टी वी विच इज़ योर टी वी. आ जाओ, इतों थानू असी लॉन्च करते हैं. ये कोई अपना साडा पर्सनल मंतव नहीं. सिंस वी हैव क्रिएटेड दिस प्लेटफॉर्म, वी वॉन्ट टू गेट द मैक्स आउट ऑफ इट फॉर आवर कम्युनिटी, फॉर एवरीबडी दैट दैट वॉन्ट्स टू परसू दर पैशन. सो कम एंड जॉइन अस. खैर साहब, जो साडा फर्ज बनता वो असी करांगे करांगे. थोड़ा फर्ज एक बनता है कि हमेशा जो पंजाबी सभ्यता है वो प्रति वफादारी असी चाहते हैं कि थोड़ी वफादारी बहुत जरूरी है. वो तो है ही है, जड़ा नाल तो बंदे नूं जुड़े रहना चाहिए. जड़ा जड़ा भुल गया वो बंदा किसी का नहीं हो सकता. सो समय समय से तुम तत् भी गाँव रहोगे, लोगों को उपदेश भी देते रहोगे. गीत मेरे जोड़े भी होने वो कोई बंद सारे सुन सकेंगे. हाँ जी, सारे परिवार सुन सकेगा. एवं नहीं होगा किसी लुक के सुनना पेगा. गीत सारे सुन सकेंगे, ये मेरा वादा. सारा ये वादा. अतेंद्र खैर जी, बहुत जल्दी तुसी इन्हों का गीत यूट्यूब पर फेसबुक पर सुनोगे, अपना प्यार दोगे, आशीर्वाद बख्शोगे, ता जो यदा जो पहला कदम है गायकी दे विच वो हौसला भरिया होवे. एंड विच बिकम्स फर्स्ट स्टैप ऑफ द मैनी, जिथे पहला कदम तुरना एक रेस बन के, एक बढ़िया गायक बन के, थोड़ा अपना गायक बने, थोड़ा अपना टी वी माई टी वी. मैं थोड़ा अपना आग्या पाल सिंह बाठ और पाल बाठ, माई टी वी के स्टूडियो वाशिंगटन दुनिया की राजधानी तो जी. कई सुनी माफ़ करो, छोटे वीर शीर बंद की उम्मीद करता हुआ थोड़े सारे. खुदा हाफिज़ जी. सत श्री अकाल. सत श्री अकाल जी सर.